ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਸ਼ਟਰੀ ਸਿੱਖ ਸੰਗਤ ਵੱਲੋਂ ਇੱਕ ਅਹਿਮ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਰਾਸ਼ਟਰੀ ਸਿੱਖ ਸੰਗਤ ਨਾਲ ਜੁੜੇ ਲੁਧਿਆਣਾ ਸ਼ਹਿਰੀ ਅਤੇ ਦਿਹਾਤੀ ਦੇ ਮੈਂਬਰਾਂ ਨੂੰ ਨਿਯੁਕਤ ਪੱਤਰ ਵੰਡੇ ਗਏ। ਇਸ ਮੌਕੇ ਤੇ ਪੰਜਾਬ ਪ੍ਰਧਾਨ ਹਰਵਿੰਦਰ ਸਿੰਘ ਮਲਿਕ ਦੀ ਅਗਵਾਈ ਹੇਠ ਤਜਿੰਦਰ ਸਿੰਘ ਟਿੰਕੂ ਨੂੰ ਯੂਥ ਪ੍ਰਧਾਨ ਦੀ ਅਹੁਦੇਦਾਰੀ ਦਿੱਤੀ ਗਈ ਅਤੇ ਨਵ ਨਿਯੁਕਤ ਯੂਥ ਪ੍ਰਧਾਨ ਟਿੰਕੂ ਨੇ ਰਾਸ਼ਟਰੀ ਸਿੱਖ ਸੰਗਤ ਨੂੰ ਵਿਸ਼ਵਾਸ ਦਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੇ। ਵਾਹਿਗੁਰੂ ਜੀ ਕੀ ਫਤਿਹ। ਅੱਜ ਰਾਸ਼ਟਰੀ ਸਿੱਖ ਸੰਗਤ ਵੱਲੋਂ ਜੋ ਕਿ ਸਾਡੇ ਹਰਵਿੰਦਰ ਸਿੰਘ ਜੀ ਮਲਿਕ ਜੋ ਕਿ ਪੰਜਾਬ ਦੇ ਪ੍ਰਧਾਨ ਹਨ, ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਦੀ ਜੋ ਮੈਨੂੰ ਅੱਜ ਜ਼ਿੰਮੇਵਾਰੀ ਯੂਥ ਦੀ ਪ੍ਰਧਾਨਗੀ ਲੁਧਿਆਣੇ ਦੀ ਦਿੱਤੀ ਹੈ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜੋ ਇਹ ਸਾਡੀ ਸਿੱਖ ਰਾਸ਼ਟਰੀ ਸਿੱਖ ਸੰਗਤ ਹੈ, ਇਹ ਸਾਡੇ ਧਾਰਮਿਕ ਕੰਮਾਂ ਦੇ ਵਾਸਤੇ ਮਲਿਕ ਜੀ ਨੇ ਸਾਨੂੰ ਪੂਰੇ ਉਪਦੇਸ਼ ਦਿੱਤੇ ਹਨ ਕਿ ਜਿਹੜੇ ਵੀ ਅੱਗੋਂ ਪ੍ਰੋਗਰਾਮ ਆਉਣਗੇ ਧਾਰਮਿਕ, ਜਿੱਦਾਂ ਕਿ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀ ਦਿਵਸ ਜਾਂ ਹੋਰ ਪ੍ਰੋਗਰਾਮ ਆਉਣਗੇ, ਅਸੀਂ ਬੜੇ ਉੱਚੇ ਪੱਧਰ 'ਤੇ ਬੜੇ ਪਿਆਰ ਸਤਿਕਾਰ ਨਾਲ ਮਨਾਵਾਂਗੇ। ਜਿਵੇਂ ਜਿਵੇਂ ਇਹਨਾਂ ਦਾ ਉਦੇਸ਼ ਹੋਏਗਾ ਪਾਰਟੀ ਦਾ, ਉਵੇਂ ਉਵੇਂ ਅਸੀਂ ਇਹਨਾਂ ਦੇ ਉਦੇਸ਼ਾਂ 'ਤੇ ਚੱਲਾਂਗੇ। ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੋ ਸਾਨੂੰ ਹੁਕਮ ਲਾਉਣਗੇ ਅਸੀਂ ਇਹਨਾਂ ਦੇ ਹੁਕਮਾਂ ਦੀ ਪਾਲਣਾ ਕਰਾਂਗੇ। ਅਸੀਂ ਸਾਰੇ ਜਿੰਨੇ ਵੀ ਸਾਡੇ ਸਾਧ ਸੰਗਤ ਹੈ ਅਸੀਂ ਉਹਨਾਂ ਦੀ ਸੇਵਾ ਕਰਾਂਗੇ। ਜਿੰਨਾ ਵੀ ਵੱਧ ਚੜ੍ਹ ਕੇ ਸਾਡੇ ਕੋਲ ਹੋਏਗਾ ਅਸੀਂ ਉਨਾ ਕਰਾਂਗੇ। ਇੰਨਾ ਕੁਛ ਕਹਿੰਦਾ ਹੋਇਆ, ਨਾਲ ਹੀ ਅਸੀਂ ਅੱਜ ਜਿਹੜੀ ਟੀਮ ਦਾ ਵਿਸਥਾਰ ਹੋਇਆ ਹੈ ਉਹਦੇ ਵਿੱਚ ਅਸੀਂ ਜ਼ਿੰਮੇਵਾਰੀਆਂ ਦਿੱਤੀਆਂ ਹਨ, ਜਿੱਦਾਂ ਕਿ ਸੁਖਵਿੰਦਰ ਸਿੰਘ ਜੀ ਵਿੱਚ ਗੁਰਵਿੰਦਰ ਸਿੰਘ ਜੀ ਸੋਨੀ ਨੂੰ ਵੀ ਅਸੀਂ ਆਪਣੇ ਨਾਲ ਜੋੜਿਆ ਹੈ, ਇਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਹਨ। ਇਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਕੰਮ ਕਰਨਗੇ, ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਦੇ ਹਾਂ। ਬਾਕੀ ਜਿਹੜੀ ਜਿੰਨੀ ਟੀਮ ਆਈ ਹੈ ਸਾਡੀ ਉਹਨਾਂ ਦਾ ਵੀ ਧੰਨਵਾਦ ਹੈ, ਸਾਰੇ ਅਹੁਦੇਦਾਰਾਂ ਦਾ ਵੀ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਹੀ ਹਿੰਦੁਸਤਾਨ ਦੀ ਸਰਕਾਰ ਨੇ ਪਾਕਿਸਤਾਨ ਦੇ ਸਹਿਯੋਗ ਨਾਲ ਜੋ ਕਰਤਾਰਪੁਰ ਲਾਂਘਾ ਖੁੱਲ੍ਹਿਆ ਹੈਗਾ, ਇਸ ਵਿੱਚ ਪੂਰੇ ਸੰਸਾਰ ਦੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਾ ਹਨ, ਸਿੱਖ ਸਮਾਜ ਹਨ, ਬੜੇ ਉਤਸਾਹ ਦੀ ਲਹਿਰ ਫੈਲੀ ਹੈ। ਕਿਉਂਕਿ ਜਦੋਂ ਵੀ ਕਿਤੇ ਵੀ ਕੋਈ ਦੁੱਖ ਸੁੱਖ ਹੁੰਦਾ ਸੀਗਾ ਸਿੱਖ ਸਮਾਜ ਦੇ ਅੰਦਰ, ਤਾਂ ਉਹਨਾਂ ਦੀ ਇੱਕੋ ਹੀ ਅਰਦਾਸ ਹੁੰਦੀ ਸੀਗੀ, ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਤਿਨ੍ਹਾਂ ਦੀ ਸੇਵਾ ਸੰਭਾਲ ਔਰ ਦਰਸ਼ਨ ਦੀਦਾਰ ਦਾ ਖਾਲਸਾ ਜੀ ਨੂੰ ਉੱਦਮ ਬਖਸ਼ੋ। ਇਹ ਇੱਕ ਬਹੁਤ ਹੀ ਵੱਡਾ ਉਪਰਾਲਾ ਹੋਇਆ ਹੈ, ਖਾਸ ਕਰ ਉਹ ਵੀ ਸਮਾਜ ਜੋ ਗੁਰੂ ਨਾਨਕ ਦੇਵ ਜੀ ਦਾ ਪੂਰੀ ਦੁਨੀਆ 'ਚ ਨਾਮ ਲੇਵਾ ਹਨ, ਉਸ ਨੇ ਵੀ ਇਸ ਦੀ ਬਹੁਤ ਵੱਡੀ ਸ਼ਲਾਘਾ ਕੀਤੀ ਹੈ। ਔਰ ਉਮੀਦ ਹੈ ਕਿ ਹੌਲੀ ਹੌਲੀ ਜਿਸ ਤਰ੍ਹਾਂ ਇਹ ਲਾਂਘਾ ਖੁੱਲ੍ਹਿਆ ਹੈਗਾ ਔਰ ਸਿੱਖਾਂ ਦੀ ਜੋ ਭਾਵਨਾ ਹੈ ਦੂਸਰੇ ਵੀ ਜੋ ਪਾਕਿਸਤਾਨ ਵਿੱਚ ਜਾਂ ਹੋਰ ਵੀ ਕਿਤੇ ਗੁਰੂ ਨਾਨਕ ਦੇਵ ਜੀ ਦੇ ਸੰਬੰਧਿਤ ਜੋ ਗੁਰਦੁਆਰੇ ਹਨ ਜਾਂ ਕਿਸੇ ਵੀ ਗੁਰੂ ਸਾਹਿਬਾਨ ਦੇ ਸੰਬੰਧਿਤ ਜੋ ਗੁਰਦੁਆਰੇ ਹਨ, ਇਸੇ ਤਰ੍ਹਾਂ ਹੀ ਦਰਸ਼ਨ ਦੀਦਾਰੇ ਮਿਲਣ, ਤਾਂ ਇਸ ਤੋਂ ਵੱਡੀ ਗੱਲ ਅੱਜ ਦੇ ਯੁੱਗ ਵਿੱਚ ਹੋਰ ਨਹੀਂ ਹੋ ਸਕਦੀ। ਟਿੰਕੂ ਦੀ ਰਿਪੋਰਟ, KDT News TV, ਲੁਧਿਆਣਾ।